بسم الله الرحمن الرحيم नारे रिसालत नारे हैदरी यक जुबान बोलो बुलंद बोलो नारे हैदरी नारे सलवात। मेरे मालिक पाक मेरे भाई नूं दिन दुगनी रात चुगनी तरक्की अता फरमाए, आवाज़ कलाम इच बरकत हो, इस घर दे उत्ते रहमत दा नज़ूल हो, बल्कि इस पूरी नगरी नूं मौला आबाद ते शाद रखी। इमाम हुसैन अलैहिस्सलातु वस्सलाम दा गम इन्हां दीआं नस्लां दे विच जारी और सारी रहे। बड़ी वड्डी फजीलत है कि हज़रत इमाम हुसैन अलैहिस्सलातु वस्सलाम दे मदा खान ने अज करबला वालियां नूं घर बुलाउण दा इहतमाम कीता। तो जितने भी सादात मोमिनीन तशरीफ फरमाओ, असां इस दर दे सवाली बन के, हर जाकर सवाली बन के, तुसां वी सवाली बन के आयो। तो तुस दुआ फरमाइशो कि अल्लाह हर मोमन मुसलमान दी शरी मकासद मौला पूरे फरमाए। किबला वाजिबुल कदर वाजिबुल इज्जत उस्ताद मुअज्जम किबला तशरीफ फरमाए। वाजिबुल इज्जत वाजिबुल कदर जनाब कलब कौसर आबदी साहब तशरीफ फरमाए। अगर जनाब दी इजाजत हो गई एक अद्धे मिनट दा फजाइल ते दो सत्रां मातम दियाँ इजाजत है पढ़ लो, तो थोड़ा जो को माहौल कम अज़ कम सलवात इंदी जो पढ़ो पता लगे बस तुसे सुनना है सन। बरादरा ने मानी शिया सुनी हज़रात जी वकार सादात तो मोमिनीन मवालिया ने वली हक करीम रहमान अल्लाह अरशाद पे फरमेंदे कि जिहड़ा बंदा मेरी तौहीद दा इकरार करेंदा है, मेरे नबी दी रिसालत दा इकरार करेंदा है। अगला जुमला जाकरी दा चाके तुस बोल पोजे जिदे दिल दे विच अली इब्न अबी तालिब दी विलायत है, आबाद रहो। मैं बिस्मिल्लाह करा, बड़ी मेहरबानी। वो बंदा करीम अल्लाह अरशाद पे फरमेंदे हैं कि वो त्रै गुनाह न करे। तवज्जो ऐसा ही, गुनाह न करे। वो गुनाह किहड़े हैं जिहड़े करीम अल्लाह अरशाद, फिर इत्थे गल मुक्की नहीं। परवरदगार आलम अरशाद पे फरमेंदे हैं उहदे ये गुनाह करन दे नाल मेरा अरश कंबदा है। गलबात इतने भी नहीं मुकी। करीम अल्लाह अरशाद पे फरमेंदे अरश भी कमदा, मैं और मेरे मलाइका मिल के ये गुनाह करने वाले थे असा खुद लानत करें। तवज्जो है भाई मेरी बरादरा ने मानी शिया सुनी हजरा, तो किहड़े गुनाह इन करीम रहमान अल्लाह अरशाद पे फरमेंदे। सब तो पहले मजलस पाक दे विच ये बाएं हाथ की गल है कि नारा मराना, ये एड्डी वड्डी बात नहीं है। मजलस का फकत भाईजान ने जो सफ विचाई है, मजलस का मकसद यह है कि जनाब के पल्ले कुछ पै जाए, तो पढ़न वाला बंदा खुद अमल करता होवे,
ਤਾਂ ਪੱਲੇ ਪਾਉਂਦਾ ਨਾ ਜੀ। ਕਰੀਮ ਅੱਲਾ ਅਰਸ਼ਾਦ ਤੇ ਫਰਮਾਉਂਦੇ ਨੇ ਬਸ ਸਭ ਤੋਂ ਪਹਿਲੇ ਮੇਰਾ ਅਰਸ਼ ਉਸ ਵੇਲੇ ਕੰਬਦਾ ਹੈ ਜਿਸ ਵੇਲੇ ਬੰਦਾ ਵਾਲਿਦੈਨ ਦੇ ਚਿਹਰੇ ਵੱਲੋ ਖਾਲੀ ਗੁੱਸੇ ਦੀ ਨਿਗਾਹ ਦੇ ਨਾਲ ਵੇਖੇ। ਬੋਲੇ ਹੀ ਨੇ ਉਹ ਕੋਈ ਉਮਾਦ ਕਰੋ, ਪੀ ਐਚ ਡੀ ਕੀਤੀ ਹੋਵੇ, ਬੋਲਣ ਦੀ ਤਮੀਜ਼ ਨਾ ਹੋਵੇ, ਉਹਦੀ ਤਾਲੀਮ 'ਤੇ ਵੀ ਲਾਨਤ, ਤੋਦੇ ਐਸੇ ਨਿਜ਼ਾਮ ਤੋਂ ਵੀ ਲਾਨਤ। ਤਾਲੀਮ ਉਹ ਹੈ ਜਿਹਦੇ ਵਿੱਚ ਵਾਲਿਦੈਨ ਦਾ ਇਹਤਰਾਮ ਹੈ। ਬੜੀ ਮਿਹਰਬਾਨੀ, ਪਹਿਲੀ ਬਾਤ ਬਹੁਤ ਮਿਹਰਬਾਨੀ। ਦੂਸਰਾ, ਕਰੀਮ ਅੱਲਾ ਅਰਸ਼ਾਦ ਤੇ ਫਰਮਾਉਂਦੇ ਨੇ ਕਿ ਮੇਰਾ ਅਰਸ਼ ਉਸ ਵੇਲੇ ਕੰਬਦਾ ਹੈ ਜਿਸ ਵੇਲੇ ਬੰਦਾ ਝੂਠੀ ਕਸਮ ਚਾਵੇ। ਹੁਣ ਗੱਲ ਪੱਠਿਆਂ ਦੀ ਸਤਰੀ ਦੀ ਹੋਵੇ ਤਾਂ, 2 ਕਰੋੜ ਦੀ ਹੋਵੇ ਤਾਂ, ਜਾਂ 2 ਲੱਖ ਦੀ ਹੋਵੇ ਤਾਂ, ਜ਼ਾਕਿਰ ਹੋਵੇ, ਮੌਲਵੀ ਹੋਵੇ, ਜੌਣ ਵੀ ਹੋਵੇ, ਪੜ੍ਹਨ ਵਾਲਾ ਹੋਵੇ, ਸੁਣਨ ਵਾਲਾ ਹੋਵੇ, ਕਰੀਮ ਅੱਲਾ ਅਰਸ਼ਾਦ ਤੇ ਫਰਮਾਉਂਦੇ ਨੇ ਝੂਠੀ ਕਸਮ ਚਾਵਣ ਦੇ ਨਾਲ। ਅਲੀ ਦਾ ਖਾਲਿਕ ਉਹ ਮਾਲਿਕ ਅਰਸ਼ਾਦ ਤੇ ਫਰਮਾਉਂਦੇ ਨੇ ਕਿ ਮੇਰਾ ਅਰਸ਼ ਕੰਬਦਾ ਹੈ, ਮੈਂ ਔਰ ਮੇਰੇ ਮਲਾਇਕਾ ਝੂਠੀ ਕਸਮ ਚਾਵਣ ਵਾਲੇ 'ਤੇ ਅਸਾਂ ਲਾਨਤ ਕਰਨੇ। ਕਿਤਨੀਆਂ ਗੱਲਾਂ ਹੋ ਗਈਆਂ? 2। ਕਰੀਮ ਅੱਲਾ ਅਰਸ਼ਾਦ ਤੇ ਫਰਮਾਉਂਦੇ ਨੇ ਤੀਸਰਾ ਅਰਸ਼ ਮੇਰਾ ਉਸ ਵੇਲੇ ਕੰਬਦਾ ਹੈ ਜਿਸ ਵੇਲੇ ਕਹੀਂ ਯਤੀਮ ਨੂੰ ਤਮਾਚਾ ਮਾਰੋ ਬੰਨੇ। ਹਾਏ ਨਿਕਲ ਗਈ, ਮਕਸਦ ਤਾਂ ਹਾਈ ਆਏ। ਮੈਂ ਬਿਸਮਿਲ੍ਲਾ ਕਰਾਂ, ਤੁਹਾਡੇ ਸਮਝਣ ਤੋਂ ਸਦਕੇ ਜਾਵਾਂ। ਰੱਬੇ ਕਾਇਨਾਤ ਦੀ ਇੱਜ਼ਤ ਦੀ ਕਸਮ ਏ, ਜਿਸ ਵੇਲੇ ਕਹੀਂ ਯਤੀਮ ਨੂੰ ਤਮਾਚਾ ਮਾਰੋ ਬੰਨੇ। ਚਾਚਾ ਜੀ, ਬਾਓ ਜੀ, ਮੈਂ ਤਾਂ ਕਰੀਮ ਅੱਲਾ ਜ਼ਮੀਨ ਫੱਟੀ ਕਿਉਂ ਨਾ, ਅਸਮਾਨ ਡੱਠਾ ਕਿਉਂ ਨਾ, ਤੇਰੇ ਅਮਰ ਤੋਂ ਇਲਾਵਾ ਜ਼ਮੀਨ ਦਾ ਇੱਕ ਤਿਨਕਾ ਵੀ ਹਰਕਤ ਨਹੀਂ ਕਰ ਸਕਦਾ, ਜ਼ਮੀਨ ਫੱਟੀ ਕਿਉਂ ਨਾ, ਅਸਮਾਨ ਡੱਠਾ ਕਿਉਂ ਨਾ, ਜਿਹੜਾ 4 ਸਾਲ ਦੀ ਹੁਸੈਨ ਦੇ ਵਿਹੜੇ ਦੀ ਜ਼ਖਮੀ ਖਾਤੀਜਾਤੁਲ ਕੁਬਰਾ ਆਬਾਦ ਰਹੇ, ਆਬਾਦ ਰਹੇ। ਬੱਲਾ ਵੀ ਬੱਲਾ, ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਪਿਓ ਦੇ ਕਾਤਲ ਦੇ ਅੱਗੋਂ ਨਿੱਕੇ ਨਿੱਕੇ ਜ਼ਖਮੀ ਹੱਥ ਬੁਲੰਦ ਕਰਕੇ ਆਦੀ ਆਈ ਮਾਰ ਥਲੇ, ਇਹ ਡਸਾ ਮੇਰੇ ਬਾਬੇ ਦਾ ਜੁਰਮ ਕਿਹੜਾ ਹੈ। ਜ਼ਿੰਦਗੀ ਅਦਰਾਜ਼ ਹੋਣੇ, ਜ਼ਿੰਦਗੀ ਅਦਰਾਜ਼ ਹੋਣੇ। ਮੈਂ ਬਿਸਮਿਲ੍ਲਾ ਕਰਾਂ, ਮੌਲਾ ਇਸ ਗਮ ਦੇ ਸਿਵਾ ਕਾਇਨਾਤ ਦਾ ਕੋਈ ਗਮ ਨਾ ਦੇਖੋ। ਮੌਲਾ ਇਸ ਘਰ ਦੇ ਉੱਤੇ ਰਾਮਤਾ ਦਾ ਨਜ਼ੂਲ ਹੋਵੇ, ਇਸ ਨਗਰੀ ਨੂੰ ਸਾਡੇ ਮੌਸਮ ਦੀ ਨਗਰੀ ਹੈ, ਇਸ ਨਗਰੀ ਨੂੰ ਮੌਲਾ ਆਬਾਦੋ ਸ਼ਾਦ ਰੱਖੇ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਇਸ ਹਾਂਜ ਦਾ ਪਤਾ ਤੈਨੂੰ ਉਸ ਵੇਲੇ ਲੱਗ ਸੀ ਜਿਹੜਾ ਕਬਰ 'ਚ ਵੈਸੇ। ਇਹ ਤੇਰੇ ਹੰਝੂ ਆਮ ਹੰਝੂ ਨਹੀਂ ਹਨ, ਜ਼ਹਿਰੀ ਹੰਝੂ ਤੇਰੀਆਂ ਨਿਕਲਦੀਆਂ ਹਨ ਜਿਹੜਾ ਅੱਖੀ 'ਚੋਂ ਸਾਫ ਤੂੰ ਕਰਦਾ ਹੈ। ਮਗਰ ਸਾਹਿਬ ਤਾਰੀਖ ਲਿਖਦਾ ਹੈ, ਇਹ ਹੰਝੂ ਤੇਰੀਆਂ ਪਾਕ ਬਤੂਲ ਆਪਣੇ ਰੁਮਾਲ ਦੇ ਵਿੱਚ ਮਹਿਫੂਜ਼ ਕਰਦੇ ਹਨ। ਅਤੇ ਜਿਹੜਾ ਸ਼ਾਮ ਦਾ ਵਕਤ ਹੁੰਦਾ ਹੈ, ਟੁਰ ਵੈਂਦੀ ਹੈ ਗਰੀਬ ਹੁਸੈਨ ਦੀ ਕਬਰ 'ਤੇ, ਹੁਸੈਨ ਦੀ ਕਬਰ ਦੇ ਉੱਤੇ ਰੋ ਕੇ ਆਦੀ ਹੈ, ਜਾਗ ਤੇਰੇ ਜ਼ਖਮਾਂ ਦਾ ਇਲਾਜ ਗਿਣਾਈਆਂ, ਆਬਾਦ ਰਹੇ, ਆਬਾਦ ਰਹੇ। ਬੱਲਾ ਹੋਵੇ, ਬਸ ਇਤਨਾ ਹੀ ਆਖਣਾ ਚਾਹੁੰਦਾ। ਸਹੀ ਆਜ਼ਾਦਾ ਤਸ਼ਰੀਫ ਰੱਖੇ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਏ, ਜਿਹੜਾ ਯਤੀਮ ਨੂੰ ਤਮਾਚਾ ਮਾਰ ਬੰਨੇ, ਅੱਲਾ ਦਾ ਅਰਸ਼ ਕੰਬਦਾ ਹੈ। ਕਰੀਮ ਅੱਲਾ, ਤੇਰੇ ਅਮਰ ਤੋਂ ਇਲਾਵਾ ਜ਼ਮੀਨ ਦਾ ਤਿਨਕਾ ਹਰਕਤ ਨਹੀਂ ਕਰ ਸਕਦਾ। ਤਾਂ ਮੈਂ ਇਤਨਾ ਹੀ ਆਖਣਾ ਚਾਹੁੰਦਾ, ਬਾਬੇ ਦੀ ਸ਼ਹਾਦਤ ਤੋਂ ਬਾਅਦ, ਬਸ ਤੁਹਾਡਾ ਮਿਜ਼ਾਜ ਕਰੀਬ ਹੋ ਗਿਆ, ਬਾਬੇ ਦੀ ਸ਼ਹਾਦਤ ਤੋਂ ਬਾਅਦ ਨਿੱਕੀਆਂ ਧੀਆਂ ਵਾਲਾ, ਨਿੱਕੀਆਂ ਬੇਣਾ ਵਾਲਾ ਮੋਮਿਨ ਇੱਡੇ ਡੁੱਖੇ ਵਹਿਣ ਕਰਿੰਦੀ ਆਈ, ਸ਼ਾਮ ਦੀ ਨਗਰੀ ਹਾਲ ਵੇਂਦੀ ਆਈ। ਹਾਏ ਤੁਹਾਡੇ ਵਾਸਤੇ ਆਖਰੀ ਆਖਰੀ ਮੌਕਾਣਾ ਇਨਸਾਦਾ ਤੋਂ ਮੋਮਿਨੀ, ਇੱਡੇ ਡੁੱਖੇ ਵਹਿਣ ਕਰਿੰਦੀ ਆਈ, ਸ਼ਾਮ ਦੀ ਨਗਰੀ ਹਲ ਵੇਂਦੀ ਆਈ। ਜਿਹੜੇ ਰਾਤੀ ਪਹਿਰਾ ਦਿੰਦੇ ਹਨ, ਫਜਰ ਦਾ ਵੇਲਾ ਹੋਵੇ ਆ, ਬਾਓ ਜੀ, ਇਸ ਕੁੱਤੇ ਦੇ ਦਰਬਾਰ 'ਚ ਮੰਨ ਕੇ ਆਦਿਆਂ ਨੂੰ ਖੁਦਾ ਲਾਨਤ ਕਰੀ, ਜੇ ਅੱਖੀਂ ਦੇ ਨਾਲ ਪਿਓ ਦਾ ਖੂਨ ਲੁੜਦਾ ਡਿੱਠਾ ਹੈ ਨਾ, ਆਬਾਦ ਰਹੇ, ਆਬਾਦ ਰਹੇ, ਆਬਾਦ ਰਹੇ। ਬੱਲਾ ਵੀ ਬਿਸਮਿਲ੍ਲਾ ਕਰਾਂ, ਜੇ ਅੱਖੀਂ ਦੇ ਨਾਲ ਪਿਓ ਦਾ ਖੂਨ ਲੁੜਦਾ ਡਿੱਠਾ ਹੈ, ਖੁਦਾ ਲਾਨਤ ਕਰੀ, ਮਰ ਤਾਂ ਉਸ ਉਹਨੇ ਹੀ ਵੰਜਣਾ ਹੈ, ਅਸਾਂ ਵੀ ਤੇਰੀ ਮਿੰਨਤ ਕਰਨੇ ਆ, ਯਾ ਇਹਨੂੰ ਪਿਓ ਦਾ ਸਾਰ ਚਦੇ, ਮਰ ਤਾਂ ਇਸ ਕੋਨੀ ਬਣੇ, ਜ਼ਿੰਦਗੀ ਦਰਾਜ਼ ਹੋਵੇ, ਜ਼ਾਕਰ ਲਿਆ ਕੇ ਤੁਸੀਂ ਸਮਾਂ ਦਵਾਉਣਾ। ਇਸ ਬੀਬੀ ਦੀ ਮੁਹੱਬਤ ਦਾ ਇੱਕ ਜੁਮਲਾ ਪੜ੍ਹਨਾ ਚਾਹੁੰਦਾ। ਉਹ ਫਰਮਾਉਂਦੇ ਹੁੰਦੇ ਨੇ, ਉਹਨਾਂ ਪੜ੍ਹੇ ਬਾਅਦ ਪੂਰੀ ਕਾਇਨਾਤ 'ਚ ਜ਼ਾਕਰਾਂ ਪੜ੍ਹਾਏ ਕਿ ਜਿਹੜਾ ਜ਼ਰਬਾਂ ਚੱਲਦੀਆਂ ਪਈਆਂ ਆਸਣਾ, ਅਤੇ ਬਿਰਾ ਚਾਚੇ ਮੌਜੂਦ ਅਤੇ ਹੱਸ ਕੋਈ ਨਾ, ਉਸ ਵੇਲੇ ਪਿਓ ਬਚਾਵਣ ਵਾਸਤੇ ਫਿਜ਼ਾ ਸੈਣ ਦੀ ਢਾਕ ਤੋਂ ਲੱਥੀ ਏ, ਟੁਰਦੀ ਟੁਰਦੀ ਉੱਥੇ ਗਈ ਏ ਜਿੱਥੇ ਪਿਓ ਪੁੱਛਦਾ ਪਿਆ ਹਾਸ, ਐਵੇਂ ਕਾਤਲ ਦੇ ਅੱਗੋਂ ਨਿੱਕੇ ਨਿੱਕੇ ਹੱਥ ਜੋੜੇ ਸੀ, ਮਗਰ ਜ਼ਾਲਮ ਨਹੀਂ ਰੁਕਾ, ਵੱਤ ਚਲਦੀਆਂ ਪਈਆਂ ਜ਼ਰਬਾਂ ਦੇ ਵਿੱਚੋਂ, ਜਿਹੜਾ ਪਿਓ ਦਾ ਖੂਨ ਬੇਵੱਸ ਹੋਇਆ ਸੀ, ਵੱਡੇ ਵੱਡੇ ਜ਼ਖਮ ਡਿੱਟੇ, ਵੱਤ ਫੁਰਾਤ ਦੇ ਪਾਸੇ ਮੂੰਹ ਕਰਕੇ ਉੱਚਾ ਰੁਣੀ ਏ, ਤਾਂ ਰੋਕ ਦੀਏ ਚਾਚਾ ਗਾਜ਼ੀ ਹੁਣ ਜਲਦੀ ਆ, ਰਾਤ ਨਹੀਂ ਪਈ ਰੁਕਦੀ, ਆਬਾਦ ਰਹੇ, ਆਬਾਦ ਰਹੇ, ਆਬਾਦ ਰਹੇ, ਆਬਾਦ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਚਾਚਾ ਗਾਜ਼ੀ ਜਲਦੀ ਆ, ਰਾਤ ਨਹੀਂ ਪਈ ਰੁਕਦੀ। ਮੈਂ ਉਸ ਸੈਣ ਦਾ ਜੁਮਲਾ ਪਿਆ ਪੜ੍ਹਦਾ, ਇੱਜ਼ਤ ਅਲੀ ਦੀ ਕਸਮ, ਏਡੇ ਡੁੱਖੇ ਵਹਿਣ, ਸ਼ਾਮ ਦੀ ਨਗਰੀ ਹੱਲ ਵੈਂਦੀ ਹੈ, ਰਾਤੀ ਪਾਰਾ ਡੇਵਣਾ ਲੈ ਦਿਆਂ, ਇਸ ਸਹੀ ਆਜ਼ਾਦੀ ਮਰਦ ਉਂਝ ਵੀ ਵੰਜਣਾ, ਅਸਾਂ ਵੀ ਤੇਰੀ ਮਿੰਨਤ ਕਰਨੇ ਹਾਂ।
इस सही आजादी नूं पिओ दा सर जरूर मिला। इलामा मुहम्मद अब्बास दे जुमले ओ फरमेंदे पे अंदर ये शाम दा वाक्या नहीं है, हलब शहर दा वाक्या है। रब्बे काबा दी इज्जत दी कसम है, इलामा साहिब दे ताई दे उन्हां दे जुमले फरमायो जनाब दी नज़र करना चाहना। किबला फरमेंदे पे आन कि ये हलब शहर दा मेरा पोत्र वाक्या है, इवें करके पढ़ा करो। हर जाकर दा मिजाज जो अपना है, इज्जत अली दी कसम है, अध रात दा वेला फरमेंदे आन एक दीवार दे नाल असल दियां जख्मी अली दियां पर्दादार नूहां। हाय तेरे वासे चे, हाय तेरे वासे चे, आखरी आखरी मुकाने एक दीवार दे नाल अजल दियां पर्दादार अली दियां जख्मी नूहां दियां पोतरियां दोतरियां बई दीवार दे नाल संदूक जिदे विच शौदा दे सर मौजूद हन। ये अब्दुल्ला सिपाही आदा है, मैं आके करीम अल्लाह दी ड्यूटी मेरी लग गई ना, तेरी तौहीद दे नाल मेरा वादा है इस सही आजादी नूं जींदा तो नहीं, ये कम अज कम मेरे वास्ते चे कि मैनू प्यो दा सर जरूर मिले सा। यादा ड्यूटी मेरी लग गई, हर बीबी जमीन ते जान पई, कासम दी माँ भी जमीन ते जान पई, ओनो मोहम्मद दी माँ भी जमीन ते जान पई। सादात मोमिनीन जिस प्यो दियां रगां कटींदियां डिठियां ओ कदा समझ सकदी आई। इज्जत अली दी कसम है, यादा कुर्सी मौजूद आई, अब्दुल्ला दाई जान बुझ के सम्मण वाली शक्ल बना के यादा मैं कुर्सी ते बह गया। तो मैं डेढ़ रह गया इस पूर बेचों केड़ी सही आजादी है जिदे वैणा की वजह तू शाम हलचल मच गई है, हलब दे विच हलचल मच गई है। याद है मैं क्या डिठा है एक चार साल की सही आजादी जिंदे रुखसारा के उत्ते नीले पीले दाग, जिंदे कन जख्मी, जिंदी कंड जख्मी, जिंदे पैरों दियाँ तलियाँ जख्मी। कह के वेले मेरे पास उड़े दी है चाचा जी, तो कह के वेले संदूक वाल उड़े दी आई, तो क्यों के वेले फुफी वालों वेदी आई, तो हौले हौले आदि आई। बाबा कोशिश तो करें दी पई हाँ, शाला तो कहे का तन मेरे को मिलन देन। अल्लाह जानता है यादा ही सम्मण वाली शक्ल बना के मैं कुर्सी ते बह गया। वड्डी फूफी के मुखाते बो के रो के आदी, ओ मेरी पुत्रा मोई अम्मा, ओ मेरी भेरावा मोई अम्मा, ओ मेरी वक्त तो पहले जईफ हो वन वाली अम्मा, ओ मेरी कहन कुछ ना आखन वाली अम्मा, ओ मेरी शाम दियाँ सौड़ियाँ गलियाँ दे विच औखा टुर के तौहीद बचाव वाली अम्मा, अम्मा दुआ मंगे मैं तेरे तसे बिरा को मिलन पे वेनी हाँ। वह तो ये बिरा सजाद दे मुखातिब रो के दिए, सजाद मेरा झुके हुए कमर आला वीरन, मेरा नफीस मिजाज वीरन, मेरा शाम दियाँ सौड़ियाँ गलियाँ दे विच वजनी तौक पा के औखी रसालत विलायत बचावन आला वीरन, वीरन दुआ मंगे मैं बाबे को मिलन पे वेनी हाँ। सिपाही आदा है मैं जान बुझ के सम्मण वाली शक्ल तो बनाई आई, जदा मसूमा मेरे को गुजरीए याद है मैं खड़ा हो गया। आखिरी जुमले मेरे याद है मैं खाना खाद होया, वो कई दिहाड़िया की भूखी आई, याद है मैं तंदुरुस्त हूँ, उनके कन जख्मी, उनके कंड जख्मी, अल्लाह जानता है उनके पैर दियाँ तलियाँ जख्मी, जिगर दी इज्जत दी कसम याद है चंद कदम टुरी है, वत मेरे खौफ दी वजह तू जमीन ते जान पई है, जदा जमीन ते जान पई है याद है मैं टुरदा टुरदा करीब गया, इवें जमीन ते जानी भी पई है, हाथ बुलंद करके आदी है हाथ न लावे मजा दी सही आजादी आबाद रहे आबाद रहे, जदा वेले आ गए मजा दी सही आजादी दिया। सिपाही दी आवाज आई मैं कह मसूम वो मैं कुएं दसा किन पवेंदी आवे उच्चारुनी है रोकिया दिया, सिपाही मैं प्यू नू मिलना चाहनी आ। सिपाही दी आवाज आई मसूम वो अगर मैं तनु बाबा मिलावा उच्चारुनी है रोकिया दिया बाबा मिला ओ मैं पुप्पी नू कैसा तनु जन्नत दी रसीद बाद रहे तदा आ गए मैं पुप्पी नू कैसा तनु जन्नत दी रसीद लेके देसी। सिपाही दा मैं आ गए मसूम वो आ मेरे पीछे पीछे टुर दिया, सिपाही दा मैं अगे अगे टुरदा गया मसूमा पीछे पीछे टुर दी गई है, कदा शबीर दे संदूक दे करीब पहुंचा मैं आ गए मसूम वो ओ तेरी अपनी किस्मत
ਉਹ ਮੇਰੀ ਆਪਣੀ ਕਿਸਮਤ ਉਸ ਵੇਲੇ ਬੀਬੀ ਰੁਣੀ ਹੈ ਰੋ ਕੇ ਆਦਿਆ ਸਿਪਾਈ ਆਪਣੀ ਤਾਂ ਮੇਰੀ ਕਿਸਮਤ ਨੂੰ ਕਿਉਂ ਰੋਣਾ ਹੈ ਰੋ ਕੇ ਆਦਨ ਮਸੂਮਾ ਜਿਹੜੇ ਸੰਦੂਕ ਤੇਰੇ ਪਿਓ ਦਾ ਸਾਰਫਾ ਬੰਦੇ ਉਹਦੀ ਚਾਬੀ ਨਹੀਂ ਪੀ ਲੱਭਦੀ ਉਹ ਚਰੁਣੀ ਹੈ ਰੋ ਕੇ ਆਦਿਆ ਕੜ ਕਰਵਾਜ ਉਹ ਮੈਂ ਦੁਆ ਮੰਗਦੀ ਹਾਂ ਸਿਪਾਈਆ ਦਾ ਇਹ ਮੈਂ ਕੜ ਕੀਤੀ ਹੈ ਸਈਆ ਸਾਦੀ ਨੇ ਡੋਵੇਂ ਹੱਥ ਉਠਾਏ ਰੋ ਕੇ ਆਦਿ ਅੱਲਾ ਤੜੀ ਤੋਹੀਦ ਪਿੱਛੇ ਮੈਂ ਘੋੜਿਆਂ ਦੇ ਨਾਲ ਭਜਦੀ ਰਹੀ ਹਾਂ ਤਣੀ ਤੋਹੀਦ ਪਿੱਛੇ ਮੈਨੇ ਦੁਰ ਲੈ ਗਏ ਸਿਪਾਈਆ ਦਾ ਇਹ ਜੁਮਲੇ ਨਾਨ ਮੁੱਕੇ ਇਵੇਂ ਸੰਦੂਕ ਦਾ ਦਰ ਖੁੱਲਾ ਹੈ ਇਵੇਂ ਪਿਓ ਦਾ ਸਰ ਚਾਇਆ ਹੈ ਪਿਓ ਦੇ ਮੂੰਹ ਤੇ ਮੂੰਹ ਰੱਖ ਕੇ ਰੋ ਰੋ ਕੇ ਆਦਿ ਇਹ ਧੀ ਰੁੱਲ ਗਈ ਹੈ।